बिट्टू 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 बार बार एक ही इन्हों ना सोचता है, कभी मेरे गल कर लग जाते हैं, कभी आवास रा दे कभी झमड़ते, भी कि बारी कह चुके हुए हैं भी तुम आप ही सारा षड्यंत्र रचिया। उन्होंने श्री साहब गड्डी बहुत गलत गल आ, उन्होंने जो धारावं बनदियां ने तहत उन्होंने एफ आई आर दर्ज होनी चाहिए, पर पग उतारनी गलत हुई है कि नहीं? अस तो कहने भी पूरी कार्रवाई की जाए जेड़े भी बंदे सीगे, पर इन दे आप दे बंदे आ, सस्ती शोहरत लुट्टण लई ड्रामेबाजी की आ। मैं उस दिन भी तुहाडे मीडिया थ्रू सारिआं नूं मैं दस्सिआ सस्ती और सस्ती सिर्फ सस्ती शोहरत। लोकतंत्र है, डेमोक्रेसी है, हर बंदे नूं आवाज़ चक्कण दा हक है। उस दिन भी तां असीं आही गल समझा रहे सीगे, इन्हां ने आके आप उत्थे गंद पाया, गंदी शब्दावली यूज़ की, एवें बंदे नूं टारगेट करी जांदे आ। दुद्ध दा दुद्ध पानी दा पानी तां देख होणा ही होणा जी। ਕਿੰਨਾਂ ਨੇ ਕੁੱਟਿਆ ਤੁਹਾਨੂੰ ਕੋਈ ਯਾਦ ਹੈ ਸ਼ਕਲਾਂ? ਹਾਂਜੀ ਹਾਂਜੀ, ਮੈਂ ਸਾਰਿਆਂ ਦੀਆਂ ਸ਼ਕਲਾਂ ਯਾਦ ਆ ਜੀ। ਆਪਣੇ ਸ਼ਨੀ ਕੈਂਪ ਸੀਗਾ ਜੀ, ਨਾਲ ਉਹਨਾਂ ਦੇ 10-15 ਮੁੰਡੇ ਸੀਗੇ ਜੀ। ਬੀਤੀ ਦਿਨੀ ਮੈਂਬਰ ਆਫ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਕੋਠੀ ਦੇ ਬਾਹਰ ਇੱਕ ਵਾਕਿਆ ਵਾਪਰਿਆ, ਜਿੱਥੇ ਲੋਕ ਇਨਸਾਫ ਪਾਰਟੀ ਦੇ ਵਰਕਰ ਰਵਨੀਤ ਬਿੱਟੂ ਨੂੰ ਮੈਮੋਰੈਂਡਮ ਦੇਣ ਆਏ, ਚੰਦਾ ਇਕੱਠਾ ਕਰਕੇ ਚੌਂਕਾਂ ਦੇ ਵਿੱਚੋਂ ਉਹ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਦੇਣ ਆਏ, ਕਿਉਂਕਿ ਵੈਂਟੀਲੇਟਰ ਦੇ ਮੁੱਦੇ 'ਤੇ ਉਹਨਾਂ ਨੇ ਰੋਸ ਪ੍ਰਦਰਸ਼ਨ ਪ੍ਰਗਟ ਕੀਤਾ ਸੀਗਾ ਆਪਣਾ, ਕਿ ਲੁਧਿਆਣੇ ਦੇ ਵਿੱਚ ਵੈਂਟੀਲੇਟਰ ਨਹੀਂ ਹੈਗੇ, ਤਾਂ ਉਹ ਭਾਰਤ ਨਗਰ ਚੌਂਕ ਤੋਂ ਚੰਦਾ ਇਕੱਠਾ ਕਰਕੇ ਮੈਂਬਰ ਆਫ ਪਾਰਲੀਮੈਂਟ ਦੀ ਕੋਠੀ 'ਤੇ ਜਾ ਕੇ ਜਦੋਂ ਉਹ ਦੇਣ ਗਏ ਤਾਂ ਉੱਥੇ ਉਹਨਾਂ ਦਾ ਕਾਂਗਰਸੀ ਵਰਕਰਾਂ ਦੇ ਨਾਲ ਟਕਰਾਅ ਹੋਇਆ, ਦਸਤਾਰ ਦੀ ਵੇਦ ਵੀ ਹੋਈ। ਅਤੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ CP ਦਫ਼ਤਰ ਦਾ ਘਿਰਾਓ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ, ਅਤੇ ਮੈਂਬਰ ਆਫ ਪਾਰਲੀਮੈਂਟ ਰਵਨੀਤ ਬਿੱਟੂ ਜੀ ਦਾ ਪੁਤਲਾ ਵੀ ਫੂਕਿਆ ਗਿਆ। ਤਾਂ ਅੱਜ ਹੁਣ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜੀਵ ਰਾਜਾ ਅੱਜ ਇੱਥੇ ਕੰਪਲੇਂਟ ਲੈ ਕੇ ਪਹੁੰਚੇ ਨੇ ਥਾਣੇ ਦੇ ਵਿੱਚ, ਉਹਨਾਂ ਨੂੰ ਆਪਾਂ ਪੁੱਛਦੇ ਹਾਂ। ਰਾਜੀਵ ਰਾਜਾ ਜੀ, ਕਾਹਦੀ ਕੰਪਲੇਂਟ ਤੁਸੀਂ ਹੁਣ ਲੈ ਕੇ ਆਏ ਹੋ ਇੱਥੇ? ਇਹ ਸਾਡਾ ਤਲਵਿੰਦਰ ਸਿੰਘ ਗੋਲੂ ਜੋ ਕਿ ਵਰਕਰ ਹੈ ਸਾਡਾ, ਆਹ ਦੇਖੋ ਤੁਸੀਂ ਜਿਹੜੀ ਉਦਣ ਸਾਡੇ 'ਤੇ ਅਟੈਕ ਕੀਤਾ ਲਿਪ ਦੇ ਵਰਕਰਾਂ ਨੇ, ਮੈਂ ਦਿਖਾਉਣਾ ਚਾਹੁੰਦਾ। ਗੋਲੂ ਜੀ ਥੋੜ੍ਹਾ ਜਿਹਾ ਅੱਗੇ ਆ ਜਾਓ। ਆਹ ਗੋਲੂ ਨਾਲ ਕੁੱਟਮਾਰ ਕੀਤੀ ਇਹਨਾਂ ਨੇ, ਸਨੀ ਕੈਨ ਜਿਹੜਾ ਆਪਣੇ ਗੁੰਡੇ ਲੈ ਕੇ ਆਇਆ ਸੀਗਾ ਸਰਦਾਰ ਬਲਵਿੰਦਰ ਸਿੰਘ ਬੈਂਸ ਦੇ ਕਹੇ 'ਤੇ, ਬੈਂਸ ਸਾਹਿਬ ਦਾ ਦਫ਼ਤਰ 'ਚ ਬਹਿ ਕੇ ਆਪਣਾ ਫਰਮਾਨ ਜਾਰੀ ਕਰਤਾ ਸੀਗਾ। ਮੈਂ ਤਾਂ ਕੰਪਲੇਨ ਦਿੱਤੀ ਆ, ਧਰਾਵਾਂ ਵੱਧ ਤੋਂ ਵੱਧ ਹੋਰ ਲਵਾਉਣੀਆਂ ਨੇ। ਬੈਂਸ ਸਾਹਿਬ ਨੂੰ 120 ਦੇ ਵਿੱਚ ਕਿਹਾ ਵੀ ਇਹਨਾਂ ਦਾ ਬੁਲਾ ਕੇ ਚੈੱਕ ਕਰੋ ਵੀ ਇਹਨਾਂ ਨੇ ਕਿਉਂ, ਇਹਨਾਂ ਨੂੰ ਕਿਹਾ ਕਿਉਂ ਆਪਣੇ ਗੁੰਡੇ ਭੇਜੇ, ਬਿੱਟੂ 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 ਬਾਰ ਬਾਰ ਇੱਕ ਹੀ ਇਹਨਾਂ ਨੂੰ ਨਾ ਸੋਚਦਾ ਹੈ, ਕਦੀ ਮੇਤੇ ਗੱਲ ਕਰਨ ਲੱਗ ਜਾਂਦੇ ਆ, ਕਦੀ ਆਵਾਸ ਰਾਜ ਦੇ ਕਦੀ ਝਮੜਦੇ, ਵੀ ਕਿੰਨੀ ਵਾਰੀ ਕਹਿ ਚੁੱਕੇ ਹੋਏ ਆ ਵੀ ਤੁਸੀਂ ਆਪ ਹੀ ਸਾਰਾ ਸ਼ਡਿਅੰਤਰ ਰਚਿਆ। ਸ਼੍ਰੀ ਸਾਹਿਬ ਤਾਂ ਕੱਢਣੀ ਪਈ ਉਹਨਾਂ ਦੇ ਉੱਤੇ, ਹਮਲਾ ਕਰ ਦਿੱਤਾ ਸੀਗਾ ਤੁਹਾਡੇ ਵਰਕਰਾਂ ਨੇ, ਤਾਂ ਸ਼੍ਰੀ ਸਾਹਿਬ ਆਪਣੇ ਬਚਾਅ ਵਾਸਤੇ ਕੱਢੀ ਗਈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼੍ਰੀ ਸਾਹਿਬ ਤਾਂ ਹੀ ਦਿੱਤੀ ਹੈ ਵੀ ਜੇਕਰ ਤੁਹਾਡੇ 'ਤੇ ਕੋਈ ਅਟੈਕ ਕਰੇ ਤਾਂ ਤੁਸੀਂ ਆਪਣਾ ਬਚਾਅ ਕਰ ਸਕੋ। ਕਿਹੜਾ ਬਚਾਅ ਜੀ, ਸਾਡੇ 'ਤੇ ਮਾਰਨ ਲਈ ਕੱਢੀ ਗਈ ਆ। ਦੇਖੋ ਜੇ ਪੁਲਿਸ ਨਾ ਹੁੰਦੀ ਤਾਂ ਕਈਆਂ 'ਤੇ ਵੱਜਣੀਆਂ ਸੀਗੀਆਂ। ਆ ਤੁਸੀਂ ਫੋਟੋਆਂ ਦੇਖੋ, ਇਹ ਫੋਟੋਆਂ ਸਾਡੀਆਂ ਬਣਾਈਆਂ ਹੋਈਆਂ ਨਹੀਂ ਹੈਗੀਆਂ, ਇਹ ਜੋ ਮੀਡੀਆ ਦੇ ਵਿੱਚ ਸੀਗਾ ਉਹ ਦਿਖਾ ਰਹੇ ਹਾਂ। ਪਰ ਇਸ ਤੋਂ ਪਹਿਲਾਂ ਤਾਂ ਹਮਲਾ ਤੁਹਾਡੇ ਵਰਕਰਾਂ ਨੇ ਕੀਤਾ ਸੀ ਨਾ, ਜਦੋਂ ਪੱਗ ਦਾ ਜਿਹੜਾ ਉਹ ਵੀਡੀਓ ਚੱਲ ਰਹੀ ਹੈ? ਹਮਲਾ ਨਹੀਂ ਕੀਤਾ ਸਾਡੇ, ਆ ਵਿਚਾਰੇ ਵਰਕਰ ਨੂੰ ਸਾਈਡ 'ਤੇ ਲਿਜਾ ਕੇ ਕਿੰਨਾ ਕੁੱਟਿਆ ਗੋਲੂ ਨੂੰ। ਆਹ ਦਿਖਾਇਓ ਜ਼ਰਾ ਅੱਗੇ ਆ ਕੇ, ਆਹ ਦੇਖੋ, ਆਹ ਜਦੋਂ ਮਾਨ ਸਾਹਿਬ ਦੀ ਪੱਗ ਲਾਈ ਆ, ਇਹ ਉਹੀ ਬੈਂਸ ਆ ਸਿਮਰਜੀਤ ਬੈਂਸ। ਆਹ ਦੇਖੋ ਜਿਨ੍ਹਾਂ ਨੇ ਸ਼੍ਰੀ ਸਾਹਿਬ ਕੱਢੀ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੇ ਆ, ਜਰਨੈਲ ਸਿੰਘ ਡੇਲੋ ਨੂੰ। ਤਹਿਸੀਲਦਾਰ ਸਾਹਿਬ ਜਿਨ੍ਹਾਂ ਦੀ ਸਿਮਰਜੀਤ ਸਿੰਘ ਨੇ ਪੱਗ ਲਾਈ ਸੀ ਤੇ ਕਹਿੰਦੇ ਵੀ ਮੈਨੂੰ CBI ਨੇ ਕਲੀਨ ਚਿੱਟ ਦੇਤੀ, ਹੈਂ ਉਹ ਪੱਗ ਨਾਲ ਲੈ ਕੇ ਗਿਆ, ਤੇ ਅੱਜ ਤੱਕ ਉਹ ਕਹਿੰਦਾ ਕਿ ਜਦ ਤੱਕ ਮੇਰਾ ਫੈਸਲਾ ਨਹੀਂ ਹੁੰਦਾ ਮੈਂ ਪੱਗ ਨਹੀਂ ਸਿਰ ਤੇ ਧਰਨੀ। ਇਹ ਕੀ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ? ਉਹਨਾਂ ਨੇ ਸ਼੍ਰੀ ਸਾਹਿਬ ਕੱਢੀ ਬਹੁਤ ਗਲਤ ਗੱਲ ਆ, ਉਹਨਾਂ ਦੇ ਜੋ ਧਾਰਾਵਾਂ ਬਣਦੀਆਂ ਨੇ ਉਹਨੂੰ ਉਹਦੇ ਤਹਿਤ ਉਹਨਾਂ ਦੇ FIR ਦਰਜ ਹੋਣੀ ਚਾਹੀਦੀ ਆ, ਪਰ ਪੱਗ ਉਤਾਰਨੀ ਗਲਤ ਹੋਈ ਆ ਕਿ ਨਹੀਂ? ਨਹੀਂ ਦੇਖੋ, ਪੱਗ ਉਤਾਰਨੀ ਗਲਤ ਆ, ਅਸੀਂ ਮੰਨਦੇ ਹਾਂ ਇਸ ਚੀਜ਼ ਦਾ। ਅਸੀਂ ਤਾਂ ਕਹਿੰਦੇ ਹਾਂ ਵੀ ਪੂਰੀ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਬੰਦੇ ਸੀਗੇ, ਪਰ ਇਹਨਾਂ ਦੇ ਆਪ ਦੇ ਹੀ ਬੰਦੇ ਆ। ਸਸਤੀ ਸ਼ੋਹਰਤ ਲੁੱਟਣ ਲਈ ਡਰਾਮੇਬਾਜ਼ੀ ਕੀਤੀ ਆ, ਮੈਂ ਉਸ ਦਿਨ ਵੀ ਤੁਹਾਡੇ ਮੀਡੀਆ ਥਰੂ ਸਾਰਿਆਂ ਨੂੰ ਮੈਂ ਦੱਸਿਆ, ਸਸਤੀ ਔਰ ਸਸਤੀ ਸਿਰਫ ਸਸਤੀ ਸ਼ੋਹਰਤ। ਲਗਾਤਾਰ ਜਿਹੜੇ ਉਹ ਕਹਿ ਰਹੇ ਨੇ ਕਿ ਜਿਹੜੀ ਪੱਗ ਉਤਾਰਨ ਦੀ, ਅੱਜ ਉਹਨਾਂ ਨੇ ਨਵਾਂ ਆਰੋਪ ਲਾਇਆ ਕਿ ਜਿਹੜੇ ਪੱਗ ਉਤਾਰ ਰਿਹਾ ਉਹ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਜੋ ਛੁੱਟੀ 'ਤੇ। ਪੰਜਾਬ ਪੁਲਿਸ ਦਾ ਕਾਂਸਟੇਬਲ ਆ ਕੌਣ ਨਹੀਂ ਹੈ, ਸਾਨੂੰ ਕੋਈ ਇਹਦਾ ਮਤਲਬ ਨਹੀਂ, ਕੋਈ ਲੈਣਾ ਦੇਣਾ ਨਹੀਂ। ਪੁਲਿਸ ਆਪਣੀ ਕਾਰਵਾਈ ਕਰੇ, ਅਸੀਂ ਤਾਂ ਸਿਰਫ ਆਪਣੀ ਗੱਲ ਕਰਨ ਆਏ ਹਾਂ ਵੀ ਸਾਡੇ ਮੁੰਡੇ ਨੂੰ ਕਿੰਨੇ ਬੁਰੇ ਤਰੀਕੇ ਨਾਲ ਕੁੱਟਿਆ। ਆਹ ਦੇਖੋ, ਆਹ ਅਸੀਂ ਤਾਂ ਵੀਡੀਓ ਵੀ ਬਣਾਈ ਆ, ਸਾਰਾ ਕੁਝ ਤੁਹਾਡੇ ਕੋਲ ਲੈ ਕੇ ਮੀਡੀਆ ਅੱਗੇ ਪਹੁੰਚਿਆ। ਸਿਰਫ ਕੋਵਿਡ ਦੇ ਚੱਲਦੇ ਅਸੀਂ ਵੀ ਕੱਲ੍ਹ ਪੂਰਾ ਪਲਾਨ ਕੀਤਾ ਸੀਗਾ ਵੀ ਚੱਲਣਾ,
बट कोविड के चलते हुए असी कोई उल्लंघन नहीं करना चाहते। जो एडमिनिस्ट्रेशन के हुक्म ने, जो पुलिस के हुक्म है, उस चीज़ को देखते हुए भी 3 दिन लिए पुलिस ऑफिस बंद है, सीपी ऑफिस बंद है। असं भी हूँ शांतमय 5-6 बंदे इतने आराम नाल आए हैं, अंदर SHO साहब नूं मिले हैं और असी अपनी कंप्लेन की। उन्होंने CP दफ्तर का घिराओ किया, काफ़ी नारेबाजी की है, उन्होंने गलत शब्दावली भी जी काफ़ी बारी जी वरती गई है। COVID-19 के जो प्रोटोकॉल्स ने सारे का उल्लंघन भी किया गया, उल्लंघन किया जी, फिर सज़ा भुगतणगे जी। आपे जिहड़े उल्लंघन करनगे सज़ा भुगतणगे। चल जाते शांतमय ढंग नाल 5-7 बंदे लैके, गल फिर उही आ जी, लोकतंत्र है, डेमोक्रेसी है, हर बंदे नूं आवाज़ चक्कण का हक है। उदन भी तो असीं आही गल समझा रहे सीगे, इन्होंने आके आप उत्थे गंद पाया, गंदी शब्दावली यूज़ की, एवें बंदे नूं टारगेट करी जाते हैं। दुध का दुध, पानी का पानी तो देख होना ही होना जी, दुध का दुध, पानी का पानी होना ही। पग किसने उतारी, कोई की है तुहाडा वर्कर सी या नहीं? साडा कोई वर्कर नहीं है जी, इन्हां दे वर्कर ने। साडा कित्थों वर्कर है जी? जे साडा कोई वर्कर है लियान दसन नाम करन, पड़ताल मंग की है, पड़ताल करनी है ना। बार बार TV ते लाइव होके कहिंदे, कदी कुछ लाइव होके दिंदे। मैं एक होर गल सनी कहन जी नूं कहना चाहना भी मैं जी करके गल करदा, जी करिए तां चंगा लगूगा। एवें कदी कह दिंदे भी फालतू, कदी पालतू, क्योंकि हुण तों बाद जे कोई गल होई तां फिर असीं भी कसर नहीं छड्डनी। तां मैं दस दूंगा भी सनी कहन जी तुसीं पार्टी को छड्ड के गए सीगे, बहुत कुछ है मेरे कोल भी, इस करके भी चुप दा दान बख्शो। हाँ, तुहाडे नाल नजायज होई आ MP साहब दे, साडे नाल एक कांग्रेसी वर्कर ने जिन्हां दे नाल कुटमार हुई है, जो तस्वीरां दिखा रहे ने सट लगी है। किन्ने तुहानूं कुट्टिया होया, की सी तुहाडे? परमिंदर हां जी, शनी कैंट ते उहदे साथियां ने जी मेरे नाल मारकुट कीती है जी। तुसीं कित्थे सीगे उस वेले? मैं जी उस टाइम अपने MP साहब दे ऑफिस दे विच काम गया सीगा जी, MP साहब उत्थे मौजूद नहीं सीगे जी, ना ही उहनां दा अपने जी OSD साहब मौजूद सीगे। तो जो मैं उतों बहर निकलियागा जी, तो उत्थे अपने रौला पै रहा है जी, तो इन्होंने नाल कोई साथी आए हुए थे जिन्होंने मेरे नाल मार कटाई की। किन्होंने कुटिया, तुम्हें कोई याद है शक्ल? हाँ जी हाँ जी, मैं सारे दकल याद है जी, अपने शनि कैन सी जी, नाल 10-15 मुंडे थे जी। अच्छा हाँ जी, तो ये लगा रहे ने दोष कि इन्होंने वर्कर के नाल कुटमार की गई, श्री साहब का जोड़ा इस्तेमाल है इन्होंने मारन का किया गया। हालांकि शनि कैंत वालों जोड़ा ये कहा जा रहा कि श्री साहब क्ढ़ी जरूर गई सी, पर वो अपने सैल्फ डिफेंस वास्ते क्ढ़ी गई सी, क्योंकि उन्होंने अचानक हमला हो गया। तो अज यह यूथ कांग्रेस के सबका प्रधान राजीव राजा पुलिस स्टेशन के कंप्लेट देन आए हैं, ताकि जिसने श्री साहब कढ़ के इन्हां ते हमला करन दी कोशिश कीती सी, उन्हां ते बन दीआं धारावां तहत कार्रवाई की जाए। तो वधेरे अपडेट्स लई साडे नाल जुड़े रहो, लुधियाने तो सनमजीत सिंह, कैमरामैन सतवंत मठाड़ू दे नाल लुधियाना टाइम्स। वधेरे जानकारी लई सबसक्राइब करो साडा YouTube चैनल पब्लिक टाइम्स, अते नोटिफिकेशन लई बैल आइकन ते क्लिक करना ना भुल्लो।